ਭਾਰਤ ਵਿੱਚ ਸੋਸ਼ਲ ਮੀਡੀਆ ਦੇ ਬੈਨ ਨੂੰ ਲੈ ਕੇ ਯਾਨੀ ਕਿ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਸਮੇਤ ਕਈ ਵੱਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ ਲੈ ਕੇ ਕੱਲ੍ਹ ਤੋਂ ਹੀ ਕਈ ਤਰ੍ਹਾਂ ਦੀ ਕਿਆਸ ਲਾਈਆਂ ਕਿਆਸ ਲਾਈਆਂ ਲਗਾਈਆਂ ਜਾ ਰਹੀਆਂ ਸਨ ਕਿ 26 ਤਰੀਕ ਨੂੰ ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰ ਦਿੱਤੇ ਜਾਣਗੇ ਪਰ ਸਰਕਾਰ ਨੇ ਹਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਮੈਂ ਗਗਨਦੀਪ ਸਿੰਘ ਤੁਹਾਡਾ ਪੰਜਾਬੀ ਦੁਨੀਆ ਦੇ ਪ੍ਰੋਗਰਾਮ ਗੱਲਬਾਤ ਵਿੱਚ ਸਵਾਗਤ ਕਰਦਾ ਹਾਂ ਸੰਸਾਰ ਮੀਡੀਆ ਪਲੇਟਫਾਰਮ ਤੇ ਸੋਸ਼ਲ ਮੀਡੀਆ ਅਰਥਾਤ ਨਵਾਂ ਮੀਡੀਆ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਹੁਣ ਇਹ ਨਵੀਂ ਮੀਡੀਆ ਤਾਕਤ ਕਿਉਂਕਿ ਹੁਣ ਇਹ ਨਵਾਂ ਮੀਡੀਆ ਤਾਕਤਵਰ ਸੰਸਾਰ ਦੀਆਂ ਕਈ ਸਰਕਾਰਾਂ ਨਾਲ ਟਕਰਾਅ ਲੈਣ ਦੀ ਹਾਲਤ ਵਿੱਚ ਹੈ ਜਿਸ ਦਾ ਆਪਣੀ ਅਰਥਵਿਵਸਥਾ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਗੱਲ ਐਮਾਜ਼ੋਨ ਦੀ ਹੋਵੇ ਮਾਈਕਰੋਸੋਫਟ ਦੀ ਹੋਵੇ ਅਲਫਾਬੈਟ ਤੋਂ ਲੈ ਕੇ ਗੂਗਲ ਨੈਟਫਲਿਕਸ ਵਰਗੀਆਂ ਵੱਡੀਆਂ ਪੂੰਜੀ ਵਾਲੀ ਕੰਪਨੀਆਂ ਜੋ ਚਲਾ ਰਹੀਆਂ ਹਨ ਉਹਨਾਂ ਦਾ ਬਜਟ ਤੁਹਾਡੀ ਕਲਪਨਾ ਤੋਂ ਵੀ ਪਰੇ ਹੈ ਮਿਸਾਲ ਦੇ ਤੌਰ 'ਤੇ ਇਕੱਲੀ ਐਮਾਜ਼ੋਨ ਵਰਗੀ ਈ ਕਮਰਸ ਕੰਪਨੀ ਦਾ ਬਜਟ ਭਾਰਤ ਦੀ ਕੁੱਲ GDP ਦਾ 2/3 ਹਿੱਸਾ ਹੈ ਮਾਈਕਰੋਸੋਫਟ ਦਾ ਭਾਰਤ ਅਤੇ ਵੀਅਤਨਾਮ ਵਰਗੇ ਦੇਸ਼ਾਂ ਦੀ ਕੁੱਲ GDP ਤੋਂ ਵੀ ਜ਼ਿਆਦਾ ਬਜਟ ਹੈ ਗੂਗਲ ਅਤੇ ਹੋਰ ਕੰਪਨੀਆਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੀਆਂ ਹਨ ਉਹ ਹਰੇਕ ਗਤੀਵਿਧੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਦੀਆਂ ਹਨ ਸੰਸਾਰ ਦੇ ਕਈ ਦੇਸ਼ਾਂ ਵਿੱਚ ਸਰਕਾਰਾਂ ਦੀ ਹੁਕਮਮੰਦੀ ਅਤੇ ਸੈਂਕਸ਼ਨ ਦੀਆਂ ਆਵਾਜ਼ਾਂ ਦਾ ਫੈਸਲਾ ਇਹ ਕੰਪਨੀਆਂ ਖੁਦ ਕਰਦੀਆਂ ਹਨ ਜਿਸ ਦੀ ਤਾਜ਼ਾ ਉਦਾਹਰਨ ਅਮਰੀਕਾ ਦੇ ਰਾਸ਼ਟਰਪਤੀ ਦਾ ਟਵਿੱਟਰ ਕੰਮ ਪੱਕੇ ਤੌਰ 'ਤੇ ਬੰਦ ਕਰ ਦੇਣ ਤੋਂ ਇਲਾਵਾ ਫੇਸਬੁੱਕ ਵੱਲੋਂ ਕੀਤੀ ਕਾਰਵਾਈ ਦੌਰਾਨ ਜਿਸ ਵਿੱਚ ਆਸਟ੍ਰੇਲੀਆ ਵਿੱਚ ਪੂਰਨ ਤੌਰ 'ਤੇ ਫੇਸਬੁੱਕ ਵੱਲੋਂ ਬੈਨ ਲਾ ਦਿੱਤਾ ਗਿਆ ਸੀ ਇਹ ਸਾਰਾ ਕਾਰਵਾਈਆਂ ਇਹਨਾਂ ਪਲੇਟਫਾਰਮਾਂ ਬਾਰੇ ਦੱਸਦੀਆਂ ਹਨ ਕਿ ਇਹ ਸਾਰੇ ਫੈਸਲੇ ਆਪਣੇ ਪੱਧਰ 'ਤੇ ਕਰਦੀਆਂ ਹਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਸੋਸ਼ਲ ਮੀਡੀਆ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਕਾਰਵਾਈਆਂ ਨੂੰ ਵੀ ਅੰਜਾਮ ਦਿੰਦਾ ਹੈ ਇਹ ਸਾਰੇ ਪਲੇਟਫਾਰਮ ਮੁਨਾਫੇ ਅਨੁਸਾਰ ਆਪਣੀਆਂ ਨੀਤੀਆਂ ਨੂੰ ਬਣਾਉਂਦੇ ਹਨ ਜਿਨ੍ਹਾਂ ਦੇਸ਼ਾਂ ਵਿੱਚ ਇਹ ਕੰਪਨੀਆਂ ਅਰਥਾਤ ਸੋਸ਼ਲ ਮੀਡੀਆ ਸਰਕਾਰ ਪੱਖੀ ਕੰਮ ਕਰਦੀਆਂ ਹਨ ਉਹਨਾਂ ਵਿੱਚ ਭਾਰਤ ਵੀ ਮੁੱਖ ਦੇਸ਼ ਹੈ ਇੱਥੇ ਜਿਸਨੇ ਵੀ ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਉਹ ਸਾਰੀਆਂ ਪੋਸਟਾਂ ਨੂੰ ਹਟਾ ਭਾਰਤ ਵਿੱਚ ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਉਹਨਾਂ ਸਾਰੀਆਂ ਪੋਸਟਾਂ ਨੂੰ ਹਟਾ ਦਿੱਤਾ ਗਿਆ ਸੀ ਜੋ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਖਿਲਾਫ ਸਨ ਅਤੇ ਕਈ ਸੈਲੀਬ੍ਰਿਟੀਜ਼ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਛੋਟੀ ਜਿਹੀ ਗੱਲ 'ਤੇ ਵਿਰੋਧ ਤੋਂ ਬਾਅਦ ਵੀ ਬੰਦ ਕਰ ਦਿੱਤੇ ਗਏ ਸਨ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਪਲੇਟਫਾਰਮ ਦੇ ਮਾਮਲੇ ਪੂਰੀ ਦੁਨੀਆ ਵਿੱਚ ਘੱਟ ਰਹੇ ਹਨ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਕੁਛ ਵੀ ਪੋਸਟ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਦੀ ਪੋਸਟ ਨਾਲ ਜੇਕਰ ਤੁਸੀਂ ਸਹਿਮਤ ਨਹੀਂ ਤਾਂ ਉਸ ਨੂੰ ਆਪਣੀ ਅਸਹਿਮਤੀ ਪ੍ਰਗਟਾ ਸਕਦੇ ਹੋ ਪਰ ਹੁਣ ਨਵੀਆਂ ਨੀਤੀਆਂ ਵਿੱਚ ਇਸ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ ਨਵੀਂ ਸੂਚਨਾ ਕ੍ਰਾਂਤੀ ਅਤੇ ਤਕਨੀਕ ਦੀ ਸੋਚ ਨੇ ਨਵੇਂ ਆਕਾਸ਼ ਦੇ ਕੁਝ ਸਿੱਧੇ ਤਿਆਰ ਕੀਤੇ ਹਨ ਫੇਸਬੁੱਕ ਇੰਸਟਾਗ੍ਰਾਮ ਅਤੇ ਵਟਸਐਪ ਅਤੇ ਇਹ ਕੰਪਨੀਆਂ ਦਾ ਕੰਟਰੋਲ ਹੈ ਨੈੱਟਫਲਿਕਸ ਦੀ ਪਹੁੰਚ 90% ਦੇ ਲੋਕਾਂ ਤੱਕ ਹੈ ਅਤੇ ਫੇਸਬੁੱਕ ਦਾ ਕੁੱਲ ਡੇਟਾ 90% ਲੋਕਾਂ ਉੱਤੇ ਕਬਜ਼ਾ ਕਰ ਚੁੱਕਾ ਹੈ ਭਾਰਤ ਵਰਗੇ ਦੇ 90% ਲੋਕਾਂ ਉੱਤੇ ਕਬਜ਼ਾ ਹੈ ਫੇਸਬੁੱਕ ਦੇ ਕੁੱਲ ਡੇਟਾ 'ਤੇ ਭਾਰਤ ਦੇ 90% ਲੋਕਾਂ ਦਾ ਕਬਜ਼ਾ ਹੈ ਭਾਰਤ ਵਰਗੇ ਦੇਸ਼ ਵਿੱਚ ਪਿਛਲੇ ਦਿਨਾਂ ਤੋਂ ਹੀ ਸੋਸ਼ਲ ਮੀਡੀਆ ਬੇਹੱਦ ਚਰਚਾ ਵਿੱਚ ਰਿਹਾ ਹੈ ਅਤੇ ਪਹਿਲੀ ਨਜ਼ਰ ਹੀ 60 ਕਰੋੜ ਦੇ ਕਰੀਬ ਡੇਟਾ ਯੂਜ਼ਰ ਇਸ ਪਲੇਟਫਾਰਮ 'ਤੇ ਹਨ ਜੇਕਰ ਸਾਲ 2025 ਤੱਕ ਇਹ 60 ਕਰੋੜ ਡੇਟਾ ਯੂਜ਼ਰ ਇਸ ਪਲੇਟਫਾਰਮ 'ਤੇ ਹਨ ਸਾਲ 2025 ਤੱਕ ਇਹ ਤਕਰੀਬਨ 90 ਕਰੋੜ ਹੋਣ ਦਾ ਅੰਦਾਜ਼ਾ ਜਤਾਇਆ ਜਾ ਰਿਹਾ ਹੈ 141 ਦੇਸ਼ਾਂ ਵਿੱਚ ਫੈਲੀ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਜ਼ਮ ਆਈ ਅਤੇ ਇੰਟਰਨੈਸ਼ਨਲ ਪ੍ਰੈਸ ਇੰਸਟੀਟਿਊਟ IPI ਦਾ ਹੈ IPI ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਆਪਣੀ ਮਰਜ਼ੀ ਨਾਲ ਸੋਸ਼ਲ ਮੀਡੀਆ ਨੂੰ ਕੰਟਰੋਲ ਨਾ ਕਰੇ ਜਿਹੋ ਜਿਹਾ ਕਿਸਾਨ ਅੰਦੋਲਨ ਦੌਰਾਨ ਨਫ਼ਰਤੀ ਭਾਸ਼ਣਾਂ ਦੇ ਟਿੱਪਣੀਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤਕਰੀਬਨ 6 ਲੱਖ ਪੱਤਰਕਾਰਾਂ ਦੀ ਵਕਾਲੀ ਸੰਸਥਾ ਦੀ ਇਹ ਟਿੱਪਣੀ ਇਸ ਦੇ ਬਾਰੇ ਜ਼ਿਆਦਾ ਗੰਭੀਰ ਹੈ ਕਿ ਸਾਡੇ ਇੱਥੇ ਲੋਕਤੰਤਰ ਹੈ ਅਤੇ ਅਸੀਂ ਆਪਣੇ ਆਪ ਨੂੰ ਸੰਸਾਰ ਦਾ ਬਹੁਤ ਵੱਡਾ ਲੋਕਤੰਤਰ ਵੀ ਮੰਨਦੇ ਹਾਂ ਪਰ ਮੁੱਢਲੇ ਮਨੁੱਖੀ ਅਧਿਕਾਰਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਔਰਤਾਂ 'ਤੇ ਜ਼ੁਲਮ ਬੱਚਿਆਂ ਅਤੇ ਬਜ਼ੁਰਗਾਂ ਬਾਰੇ ਸਾਡੀਆਂ ਸਰਕਾਰਾਂ ਅਤੇ ਸਮਾਜ ਦਾ ਜੋ ਮਾਨਸਿਕ ਅਤੇ ਸਮਾਜਿਕ ਰਵੱਈਆ ਹੈ ਉਹ ਬੇਹੱਦ ਤਰਸੀ ਹੋ ਗਿਆ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਇੱਕੋ ਇੱਕ ਮਾਧਿਅਮ ਸੋਸ਼ਲ ਮੀਡੀਆ ਹੈ ਜਿੱਥੇ ਤੁਸੀਂ ਸਰਕਾਰ ਤੋਂ ਲੈ ਕੇ ਆਮ ਬੰਦੇ ਜਾਂ ਕਿਸੇ ਖਾਸ ਬੰਦੇ 'ਤੇ ਆਪਣੀ ਅਸਹਿਮਤੀ ਜਾਂ ਸਹਿਮਤੀ ਪ੍ਰਗਟਾ ਸਕਦੇ ਹੋ ਅਤੇ ਦੂਸਰੇ ਪੱਖ ਵਾਲੇ ਆਪਣੀ ਪੂਰਨ ਤੌਰ 'ਤੇ ਰਾਜ ਰੱਖ ਸਕਦੇ ਹੋ ਅਰਥਾਤ ਆਪਣੀ ਆਵਾਜ਼ ਉਠਾ ਸਕਦੇ ਹੋ ਅੱਜ ਵੀ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ 'ਤੇ ਜੋ ਆਵਾਜ਼ ਉਠਾਈ ਗਈ ਹੈ ਕਰੋੜਾਂ ਲੋਕਾਂ ਦੀ ਤੀਬਰ ਗਤੀ ਨਾਲ ਪਹੁੰਚੀ ਹੈ
ਧਰਮ ਦੇ ਪੱਤਾਂ ਦਾ ਢੰਡੋਰਾ ਪਿੱਟਣ ਵਾਲਿਆਂ ਵਿੱਚ ਭਾਰਤ ਹੀ ਉਹ ਮੋਹਰੀ ਦੇਸ਼ ਹੈ ਜਿੱਥੇ ਸਭ ਕੁਛ ਹੁੰਦਾ ਹੈ ਜੋ ਸੰਵਿਧਾਨ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਉਠਾਏ ਸਵਾਲਾਂ ਵਿੱਚੋਂ ਸਿਰਫ 1.9% ਹੀ ਸਰਕਾਰੀ ਦਰਬਾਰੇ ਪਹੁੰਚਦੇ ਹਨ ਅਸਲ ਵਿੱਚ ਭਾਰਤ ਵਿੱਚ ਸ਼ਾਸਨ ਪ੍ਰਣਾਲੀ ਵਿੱਚ ਇੰਨੀਆਂ ਜ਼ਿਆਦਾ ਤਕਨੀਕੀ ਮੋਰੀਆਂ ਹਨ ਕਿ ਬਚਣ ਦੇ ਰਸਤੇ ਬਹੁਤ ਅਸਲ ਵਿੱਚ ਭਾਰਤ ਦੇ ਸ਼ਾਸਨ ਪ੍ਰਣਾਲੀ ਵਿੱਚ ਇੰਨੀਆਂ ਜ਼ਿਆਦਾ ਤਕਨੀਕੀ ਮੋਰੀਆਂ ਹਨ ਕਿ ਬਚਣ ਦੇ ਰਸਤੇ ਬਹੁਤ ਹਨ ਅਤੇ ਸੰਵਿਧਾਨ ਚੁੱਪਚਾਪ ਦੇਖਦਾ ਰਹਿ ਜਾਂਦਾ ਹੈ ਭਾਰਤੀ ਮੀਡੀਆ ਦੇ ਕਾਫ਼ੀ ਹਿੱਸੇ ਨੂੰ ਪਿਛਲੇ 3 ਵਰ੍ਹਿਆਂ ਤੋਂ ਮੋਦੀ ਮੀਡੀਆ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਏਅਰ ਕੰਡੀਸ਼ਨਰ ਕਮਰਿਆਂ ਵਿੱਚ ਬੈਠ ਕੇ ਦੂਜੀਆਂ ਲਾਈਟਾਂ ਨਾਲ ਲੈਸ ਇਹਨਾਂ ਟੀਵੀ ਰੇਡੀਓ ਅਤੇ ਸੋਸ਼ਲ ਮੀਡੀਆ ਦੇ ਸਜੇ ਹੋਏ ਸਟੂਡੀਓ ਵਿੱਚ ਬੈਠੇ ਐਕਟਰਾਂ ਦੀ ਆਪਣੀ ਜੀਵਨ ਸ਼ੈਲੀ ਕਿਹੋ ਜਿਹੀ ਹੈ ਜਾਂ ਫਿਰ ਗੁਲਾਬੀ ਪੰਨਿਆਂ ਦੀਆਂ ਅਖਬਾਰਾਂ ਵਿੱਚ ਅੰਕੜਿਆਂ ਦੀ ਜਾਦੂਗਰੀ ਦਿਖਾਉਣ ਵਾਲੇ ਮਾਹਰ ਕਿੱਥੋਂ ਆਉਂਦੇ ਹਨ ਉਹਨਾਂ ਦੀ ਭਾਸ਼ਾ ਅਤੇ ਮੁੱਦੇ ਕੀ ਹਨ ਪਰ ਸੋਸ਼ਲ ਮੀਡੀਆ ਅਜੇ ਵੀ ਦੁਨੀਆ ਦੇ ਗਰੀਬ ਅਤੇ ਆਮ ਲੋਕਾਂ ਦੀ ਆਵਾਜ਼ ਅਤੇ ਮੁੱਦੇ ਪ੍ਰਸ਼ਨ ਉਠਾਉਣ ਲਈ ਉਹ ਪਲੇਟਫਾਰਮ ਹੈ ਜਿੱਥੇ ਸੜਕ ਖੇਤ ਕਿਤੇ ਵੀ ਤੁਸੀਂ ਬੈਠ ਕੇ 1 ਸੈਕਿੰਡ ਵਿੱਚ ਆਪਣੀ ਸਮੱਸਿਆ ਨੂੰ ਪੂਰੀ ਦੁਨੀਆ ਨਾਲ ਸਾਂਝਾ ਕਰ ਸਕਦੇ ਹੋ ਭਾਰਤ ਵਿੱਚ ਇਹ ਤਾਕਤ ਹੋਰ ਵੀ ਜ਼ਿਆਦਾ ਹੈ ਕਿਉਂਕਿ ਇੱਥੇ ਭਾਰਤ ਵਿੱਚ ਇਹ ਤਾਕਤ ਹੋਰ ਵੀ ਜ਼ਿਆਦਾ ਹੈ ਕਿਉਂਕਿ ਇੱਥੇ ਭਾਰਤ ਦੀ ਖੇਤਰੀ ਬੋਲੀਆਂ ਅਤੇ ਭਾਸ਼ਾਵਾਂ ਦੀ ਮਨਸੋਤਾ ਦੇਖਣ ਨੂੰ ਮਿਲਦੀ ਹੈ ਭਾਰਤ ਦੀਆਂ ਕਈ ਕੰਪਨੀਆਂ ਨੇ ਆਪਣੇ ਸਰਚ ਸਾਧਨ ਦੀਆਂ ਭਾਰਤ ਦੀਆਂ ਕਈ ਕੰਪਨੀਆਂ ਨੇ ਆਪਣੇ ਸਰਚ ਸਾਧਨ ਆਪਣੀਆਂ ਭਾਸ਼ਾਵਾਂ ਵਿੱਚ ਬਣਾਏ ਹਨ ਪਰ ਉਹਨਾਂ ਕਾਮਯਾਬ ਨਹੀਂ ਹੋਏ ਅਰਥਾਤ ਆਰਥਿਕ ਸਰੋਤਾਂ ਦੀ ਘਾਟ ਨਾਲ ਉਹ ਗਤੀ ਨਾਲ ਨਹੀਂ ਚੱਲ ਸਕਦੇ ਅਤੇ ਲੋਕਾਂ ਵਿੱਚ ਪ੍ਰਸਿੱਧੀ ਨਹੀਂ ਹਾਸਲ ਕਰ ਸਕਦੇ ਜਦੋਂ ਭਾਰਤ ਵਿੱਚ ਟਿਕਟੋਕ ਨੂੰ ਬੈਨ ਕੀਤਾ ਗਿਆ ਸੀ ਤਾਂ ਇਹ ਜਿਹੀਆਂ ਕਈ ਹੋਰ ਖੇਤਰੀ ਐਪ ਸਨ ਸਰਕਾਰਾਂ ਵੱਲੋਂ ਵੀ ਅਜਿਹੀ ਐਪਰੋਚ ਕੀਤੀ ਗਈ ਸੀ ਪਰ ਉਹਨਾਂ ਨੂੰ ਕੋਈ ਮਾਪਦੰਡ ਨਹੀਂ ਉਹਨਾਂ ਦੇ ਮਾਪਦੰਡ ਟਿਕਟੋਕ ਦੇ ਬਰਾਬਰ ਨਹੀਂ ਸਨ ਅਤੇ ਉਹਨਾਂ ਐਪ ਨੂੰ ਜਲਦੀ ਹੀ ਖਤਮ ਕਰ ਦਿੱਤਾ ਗਿਆ ਸੀ ਹੁਣ ਪ੍ਰਸ਼ਨ ਇਹ ਹੈ ਕਿ ਅਜਿਹੀ ਹਾਲਤ ਵਿੱਚ ਉਹ ਸਰਕਾਰ ਲੋਕਾਂ ਨੂੰ ਕਿਸ ਮਰਜ਼ੀ ਸੋਚ ਸਕਦੀ ਹੈ ਕਿ ਹੁਣ ਇਹ ਮੀਡੀਆ ਪਲੇਟਫਾਰਮ ਵੱਡੇ ਆਰਥਿਕ ਖਪਤ ਉਚਰਾਂ ਦੇ ਬਾਜ਼ਾਰ ਦੇ ਰੂਪ ਵਿੱਚ ਪੈਦਾ ਹੋ ਚੁੱਕੇ ਹਨ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਸਰਕਾਰ ਪੱਖੀ ਪ੍ਰੋਪੇਗੰਡੇ ਦਾ ਹਥਿਆਰ ਬਣਾਏਗੀ ਜਾਂ ਫਿਰ ਆਮ ਲੋਕਾਂ ਦੀ ਆਵਾਜ਼ ਦਾ ਪ੍ਰਗਟਾਵੇ ਦਾ ਸੰਦ ਜਾਂ ਆਮ ਲੋਕਾਂ ਦੀ ਆਵਾਜ਼ ਦੇ ਪ੍ਰਗਟਾਵੇ ਦਾ ਸਾਧਨ ਜਾਂ ਕਾਰਪੋਰੇਟਰ ਕੰਪਨੀਆਂ ਦੇ ਹਿੱਤਾਂ ਦੀ ਰਖਵਾਲੀ ਕਰੇਗੀ ਸੱਚਮੁੱਚ ਸੋਸ਼ਲ ਮੀਡੀਆ ਅੱਜ ਵੱਡੇ ਦਿਲਚਸਪ ਮੋੜ ਤੇ ਪੈ ਰਿਹਾ ਹੈ ਅਤੇ ਸਮਾਜ ਪ੍ਰਤੀ ਸੰਵੇਦਨਾ ਦੇ ਰੁੱਖ ਦੇ ਬਦਲਦੇ ਪ੍ਰਸ਼ਨਾਂ ਨੂੰ ਵੀ ਨਿਹਾਲ ਰਿਹਾ ਹੈ ਸੰਵੇਦਨਾ ਦੇ ਰੁੱਖ ਦੇ ਬਦਲਦੇ ਪ੍ਰਸ਼ਨਾਂ ਨੂੰ ਵੀ ਨਿਹਾਲ ਰਿਹਾ ਹੈ